ਵਧਾਂ ਕੇ ਅਗਲੀ ਖਬਰ ਵੱਲ ਭਾਰਤ ਦੇ 74 ਦੇ ਕਰੀਬ ਗੁੰਮਸ਼ੁਦਾ ਫੌਜੀ ਪਿਛਲੇ 52 ਸਾਲਾਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਨੇ ਪਾਕਿਸਤਾਨ ਵੱਲੋਂ ਇਸ ਮੁੱਦੇ ਉੱਤੇ ਭਾਰਤ ਨੂੰ ਕੋਈ ਹੱਥ ਪੱਲਾ ਨਾ ਫੜਾਉਂਦੇ ਕਾਰਨ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ ਉੱਤੇ ਗਾਇਬ ਹੋਏ ਇਹਨਾਂ ਫੌਜੀਆਂ ਦੀ ਕੋਈ ਵੀ ਉਗਸੁਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਮਹਿਜ਼ ਪਾਕਿਸਤਾਨ ਦੇ ਕੋਲ ਵਾਰ ਵਾਰ ਪਹੁੰਚ ਕਰਨ ਤੱਕ ਹੀ ਸੀਮਿਤ ਰਹਿ ਗਈ ਹੈ। ਭਾਰਤ ਦੇ 74 ਗੁੰਮਸ਼ੁਦਾ ਡਿਫੈਂਸ ਪਰਸਨਲ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹਨਾਂ ਵਿੱਚੋਂ 54 ਫੌਜੀ 1965 ਦੀ ਜੰਗ ਅਤੇ 20 ਫੌਜੀ ਜਵਾਨ 1971 ਦੀ ਜੰਗ ਦੌਰਾਨ ਗਾਇਬ ਹੋਏ ਸਨ। ਭਾਰਤ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਦੇ ਨਾਲ ਹਾਸਲ ਕੀਤੀਆਂ ਗਈਆਂ ਸੂਚਨਾਵਾਂ ਦੇ ਅਨੁਸਾਰ ਇਹਨਾਂ ਫੌਜੀਆਂ ਦੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹੀ ਬੰਦ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਦੇਸ਼ ਵਿਭਾਗ ਦੇ ਅਨੁਸਾਰ ਭਾਰਤ ਸਰਕਾਰ ਇਹ ਮੁੱਦਾ ਸ਼ਰਾਫਤੀ ਵਸੀਲਿਆਂ ਰਾਹੀਂ ਹੀ ਪਾਕਿਸਤਾਨ ਦੇ ਕੋਲ ਉਠਾਉਂਦੀ ਆਈ ਹੈ। ਇਸ ਤੋਂ ਇਲਾਵਾ ਉੱਚ ਪੱਧਰੀ ਸੰਪਰਕਾਂ ਦੇ ਮਾਧਿਅਮ ਦੇ ਨਾਲ ਵੀ ਇਹਨਾਂ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ। ਵਿਦੇਸ਼ ਵਿਭਾਗ ਵੱਲੋਂ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਪਾਕਿਸਤਾਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਗੁੰਮਸ਼ੁਦਾ ਭਾਰਤੀ ਫੌਜੀ ਉੱਥੇ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਨੇ।